ਇੱਕ ਬੜਾ ਅਨਫੋਰਚੁਨੇਟ ਇੰਸੀਡੈਂਟ 20 ਤੇ 21 ਦੀ ਦਰਮਿਆਨੀ ਰਾਤ ਨੂੰ ਪਿੰਡ ਗੋਂਦਪੁਰ ਪੁਲਿਸ ਸਟੇਸ਼ਨ ਮਾਲਪੁਰ 'ਚ ਹੋਇਆ ਸੀਗਾ, ਜਿੱਥੇ ਇੱਕ ਬਜ਼ੁਰਗ ਦੀ ਹੱਤਿਆ ਕਰ ਦਿੱਤੀ ਗਈ ਸੀਗੀ ਘਰ ਦੇ ਵਿੱਚ ਵੜ ਕੇ, ਅਤੇ ਉੱਥੇ ਜਿਹੜੀ ਹੈਗੀ ਅਲਮਾਰੀ ਤੋੜ ਕੇ ਕਾਫੀ ਪੈਸੇ ਵੀ ਉੱਥੋਂ ਗਾਇਬ ਮਿਲੇ ਸੀਗੇ। ਪੁਲਿਸ ਨੇ ਇਮੀਡੀਏਟਲੀ ਇਨਵੈਸਟੀਗੇਸ਼ਨ ਟੇਕਅਪ ਕਰਦੇ ਹੋਏ ਜਿਹੜਾ ਹੈਗਾ SPD ਦੀ ਨਿਗਰਾਨੀ ਹੇਠ DSPD ਅਤੇ ਨਾਲ DSP ਆਪਣੇ ਗੜਸ਼ੰਕਰ, ਨਾਲ SHO ਮਾਲਪੁਰ, ਨਾਲ CIA ਦੀ ਟੀਮ, ਸਾਰਿਆਂ ਨੇ ਵੱਖ ਵੱਖ ਤਰੀਕੇ ਦੇ ਨਾਲ ਇਨਵੈਸਟੀਗੇਸ਼ਨ ਦੇ ਪਹਿਲੂਆਂ ਨੂੰ ਕੰਸਿਡਰ ਕਰਦੇ ਹੋਏ ਇਹਨੂੰ ਕਾਫੀ ਪਿਛਲੇ 5-6 ਦਿਨ ਤੋਂ ਇਹਦੀ ਇਨਵੈਸਟੀਗੇਸ਼ਨ ਚੱਲ ਰਹੀ ਸੀਗੀ, ਅਤੇ ਇਹਦੇ ਵਿੱਚ ਜਿਹੜਾ ਹੈਗਾ ਮੇਨ ਅਕਿਊਜ਼ ਜਿਹੜਾ ਦੋਸ਼ੀ ਹੈਗਾ ਇਹਦਾ ਉਹ ਆਇਡੈਂਟੀਫਾਈ ਕਰਕੇ ਪੁਲਿਸ ਨੇ ਅਰੈਸਟ ਕੀਤਾ, ਜਿਹਦਾ ਨਾਮ ਕਮਲਜੀਤ ਉਰਫ ਕਮਲ ਹੈਗਾ। ਅਤੇ ਕਮਲਜੀਤ ਉਰਫ ਕਮਲ ਜਿਹੜਾ ਹੈਗਾ ਮਰਨ ਵਾਲੇ ਰਿਛਪਾਲ ਸਿੰਘ ਦਾ ਭਾਣਜਾ ਹੈਗਾ, ਅਤੇ ਇਹਨੇ ਜਿਹੜਾ ਇਰਾਦਾ ਕਤਲ ਸੀਗਾ ਉਹ ਸੀਗਾ ਪੈਸਿਆਂ ਦੇ ਲਾਲਚ ਕਰਕੇ, ਇਹਨੂੰ ਇਹਦੇ ਧਿਆਨ 'ਚ ਆਇਆ ਕਿ ਇਹਦੇ ਮਾਮੇ ਕੋਲ ਕੁਛ ਪੈਸੇ ਆਏ ਹੋਏ ਹੈਗੇ, ਕਿਉਂਕਿ ਉਹਦੀ ਇੱਕ ਭਾਣਜੀ ਜਿਹੜੀ ਹੈਗੀ ਉਹ ਟਰੈਵਲ ਏਜੰਟ ਦਾ ਕੰਮ ਕਰਦੀ ਹੈਗੀ, ਅਤੇ ਉਹ ਕੁਛ ਲੋਕਾਂ ਤੋਂ ਉਹਨੇ ਪੈਸੇ ਇਕੱਠੇ ਕਰਕੇ ਮਾਮੇ ਕੋਲ ਰੱਖੇ ਹੋਏ ਸੀਗੇ, ਅਤੇ ਉਹ ਪੈਸਿਆਂ ਦੀ ਇਹਦੀ ਨਜ਼ਰ ਸੀਗੀ। ਅਤੇ ਇਹਨੇ ਰਾਤ ਨੂੰ ਜਾ ਕੇ ਅਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ, ਜਿਹਦੇ ਵਿੱਚ ਇਹਨੇ ਪਹਿਲਾਂ ਅਲਮਾਰੀ ਤੋਂ ਪੈਸੇ ਚੁਰਾਉਣ ਦੀ ਕੋਸ਼ਿਸ਼ ਕੀਤੀ, ਇਨ ਬਿਟਵੀਨ ਮਾਮੇ ਦੀ ਜਾਗ ਖੁੱਲ ਗਈ, ਅਤੇ ਜਦੋਂ ਮਾਮੇ ਦੀ ਜਾਗ ਖੁੱਲ ਗਈ ਅਤੇ ਪਹਿਲਾਂ ਇੱਕ ਵਾਰ ਮਾਮੇ ਦੇ ਨਾਲ ਜਾ ਕੇ ਸੋ ਗਿਆ, ਅਤੇ ਉਸ ਤੋਂ ਬਾਅਦ ਦੁਬਾਰਾ ਇੱਕ ਵਾਰ ਕੋਸ਼ਿਸ਼ ਕੀਤੀ, ਬਟ ਫਿਰ ਜਦੋਂ ਜਾਗ ਖੁੱਲੀ ਅਤੇ ਮਾਮੇ ਨੇ ਇਹਨੂੰ ਉਸ ਤਰੀਕੇ ਨਾਲ ਚੋਰੀ ਕਰਦੇ ਹੋਏ ਦੇਖ ਲਿਆ, ਅਤੇ ਫਿਰ ਇਹਨੇ ਮਾਮੇ ਦਾ ਜਿਹੜਾ ਹੈਗਾ ਉਹ ਗਲਾ ਘੁੱਟ ਕੇ ਅਤੇ ਪਰਨੇ ਨਾਲ ਅਤੇ ਉਹਨੂੰ ਬੰਨ੍ਹ ਕੇ ਅਤੇ ਫਿਰ ਉਹਦਾ ਕਤਲ ਕੀਤਾ। ਅਤੇ ਜਿਹੜੀ ਚੀਜ਼ ਹੁਣ ਤੱਕ ਦੀ ਯੂਨੀਵਰਸਿਟੀ ਵਿੱਚ ਸਾਹਮਣੇ ਆਈ ਹੈਗੀ, ਅਤੇ 7,90,000 ਰੁਪਏ ਜਿਹੜੇ ਹੈਗੇ ਇਹਨੇ ਅਲਮਾਰੀ 'ਚੋਂ ਇੱਕ ਕਿੱਟ ਸੀਗੀ ਉਹ ਕਿੱਟ ਸਹੀ ਪੈਸੇ ਚੋਰੀ ਕਰਕੇ ਅਤੇ ਉੱਥੋਂ ਆਪਣੇ ਪਿੰਡ ਬੈਂਸਾਂ ਚਲਾ ਗਿਆ, ਅਤੇ ਉੱਥੇ ਸਾਡੀ ਪੁਲਿਸ ਟੀਮ ਨੇ ਜਦੋਂ ਇਹਨੂੰ ਅਰੈਸਟ ਕੀਤਾ ਹੈਗਾ ਅਕਿਊਜ਼ ਨੂੰ, ਉਸ ਤੋਂ ਬਾਅਦ ਉਹਦੀ ਤਸਦੀਕ 'ਤੇ ਆ ਪੈਸੇ ਰਿਕਵਰ ਕੀਤੇ ਗਏ ਹੈਗੇ, ਅਤੇ ਫਰਦਰ ਇਸ ਕੇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਹੈਗੀ। ਕਾਫੀ ਗੁੰਝਲਦਾਰ ਕੇਸ ਸੀਗਾ ਅਤੇ ਬਲਾਇੰਡ ਕੇਸ ਸੀਗਾ, ਸਾਡੀ ਟੀਮ ਨੇ ਬੜੀ ਮਿਹਨਤ ਕਰਦੇ ਹੋਏ ਜਿਹੜਾ ਹੈਗਾ ਇਸ ਕੇਸ ਨੂੰ ਟਰੇਸ ਕਰਕੇ ਮੇਨ ਦੋਸ਼ੀ ਇਹਦਾ ਅਰੈਸਟ ਕੀਤਾ ਹੈਗਾ। ਸਰ ਕਿਹੜੀ ਜਗ੍ਹਾ ਤੋਂ ਪਕੜਿਆ ਗਿਆ? ਉੱਥੋਂ ਹੀ ਪਕੜਿਆ ਹੈਗਾ ਇਹਨੂੰ, ਜਿਹੜਾ ਆਪਣਾ ਬੈਂਸਾ ਵਾਲੇ ਏਰੀਆ ਤੋਂ। ਨਹੀਂ ਤਾਂ ਪਹਿਲਾਂ ਕੋਈ ਕੇਸ ਨਹੀਂ ਹੈਗਾ, ਬਟ ਆ ਜਿਹੜਾ ਪ੍ਰਾਇਮਰੀ ਪੁੱਛਤਾਛ ਕਰਨ ਤੋਂ ਜਿਹੜਾ ਹੈਗਾ ਉਹ ਡਰੱਗਸ ਲੈਂਦਾ ਹੈਗਾ ਮੁੰਡਾ ਜਿਹੜਾ ਹੈਗਾ ਜੀ, ਅਤੇ ਬੜੀ 'ਤੇ ਕੋਈ FIR ਦਰਜ ਨਹੀਂ ਹੈਗਾ।